ਕੀ ਹਾਲ ਚਾਲ ਆ ਬਾਬੇ ਉਹ ਆਪਣਾ ਦੂਜਾ ਵਲੌਗ ਤੇ ਆਪਾਂ ਕਾਲਜ ਜਾ ਕੇ ਥੋੜਾ ਲੇਟ ਹੋ ਗਏ ਕੋਈ ਚੱਕਰ ਨਹੀਂ ਡੋਂਟ ਵਰੀ ਚਿੰਤਾ ਨਾ ਕਰਿਆ ਕਰੋ ਰੋਜ਼ ਆਇਆ ਕਰੋ ਵਲੌਗ ਵਲੌਗ ਕੀ ਹੁੰਦਾ ਨਾ ਵਲੌਗ ਤੇ ਅੱਗੇ ਅੱਗੇ ਦਿਖਾਉਣਿਆ ਹੁੰਦਾ ਹੈ ਜੀ ਐਂ ਦੱਸ ਦਿਓ ਵੀ ਮੈਂ ਘੈਂਟ ਲੱਗਦਾ ਅਤੇ ਦੂਜੀ ਗੱਲ ਮੇਰੇ ਨਾਲ ਲਫੰਡਰ ਬੰਦੇ ਨੇ ਇਹਨਾਂ ਦਾ ਕੰਮ ਸਾਰੀ ਦਾ ਜੀ ਤੁਰਨਾ ਫਿਰਨਾ ਆਪਾਂ ਲੈਕਚਰ ਲੁਕਚਰ ਲਾ ਲੈਂਦੇ ਬਾਬਿਓ ਇਹ ਕਦੇ ਲੈਕਚਰ ਨਹੀਂ ਲਾਉਂਦੇ ਹੈਗੇ ਮੈਂ ਡਿਜੀਟਲ ਮਾਰਕੀਟਿੰਗ ਕਰਦਾ ਅਤੇ ਇਹ ਗੇੜਾ ਮਾਰਕੀਟਿੰਗ ਕਰਦੇ ਮਤਲਬ ਗੇੜੇ ਹੀ ਕੱਢਦੇ ਨੇ ਮੈਂ ਹੁਣ ਲੈਕਚਰ ਲਾ ਕੇ ਆਇਆ ਅਤੇ ਮੈਂ ਥੋੜ੍ਹਾ ਲੇਟ ਹੋ ਗਿਆ ਅਤੇ ਹੁਣ ਅਸੀਂ ਜਾਂਦੇ ਹਾਂ ਕੰਟੀਨ 'ਚ ਕੁਝ ਖਾਣ ਅਤੇ ਹੋਰ ਤਾਂ ਹੁਣ ਹੈ ਨਹੀਂ ਕੁਛ ਪਤਾ ਨਹੀਂ ਵਲੌਗ ਵਾਲੇ ਕਿੰਨਾ ਕੁਛ ਸੋਚ ਲੈਂਦੇ ਨੇ ਐਂ ਦੱਸ ਬਸ ਆਪਾਂ ਘੈਂਟ ਲੱਗਦੇ ਹਾਂ ਅਤੇ ਨਵਾਂ ਬੰਦਾ ਆ ਗਿਆ ਸੱਪ ਅੱਜ ਦੋ ਸੱਪ ਨੇ ਆਹ ਦੂਜਾ ਸੱਪ ਆ ਗਿਆ ਸੱਪ ਲੜਾਈ ਨਹੀਂ ਹੋਈ ਬੈਲੀ ਸਾਹਿਬ ਮਾੜਾ ਇੱਧਰ ਸਤਿ ਸ਼੍ਰੀ ਅਕਾਲ ਆਪਣੇ ਦਰਸ਼ਕਾਂ ਨੂੰ ਹੈਲੋ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ ਕਹਦਾ ਕਿਉਂ ਕੌਣ ਹੈ ਕੌਣ ਨਹੀਂ ਬੰਦੇ ਇੱਧਰ ਵੀਡੀਓ ਬਣ ਰਹੀ ਆ ਪੌਂਕਾ ਹੈ ਬਲੌਗਰ ਹੈ ਬੈਲੀ ਦਾ ਤੂੰ ਦੂਜੀ ਗੱਲ ਚੱਲ ਕੋਈ ਨਾ ਹੁਣ ਨਿਕਲ ਜਾਂਦੀ ਹੈ ਤੇ ਬੈਲ ਪੁਣਾ ਕਿੰਨਾ ਕੀ ਕੀਤਾ ਆਪਾਂ ਸਿਆਣੇ ਜਵਾਕ ਆ ਯਾਰ ਨਹੀਂ ਮੈਂ ਇਹਦੇ ਬਾਰੇ ਲੱਗਦਾ ਇਹ ਸੁਪਨੇ ਚ ਆਈ ਕਹਿੰਦਾ ਵੀ ਬੈਲ ਪੁਣਾ ਸਾਡਾ ਲੇਖਾਂ ਵਿੱਚ ਨਹੀਂ ਇੱਥੇ ਕਰੇਗੀ ਪਿਆਰ ਰੱਖੀ ਚੱਲ ਕੋਈ ਤੇ ਅੱਗੇ ਅੱਗੇ ਹੁਣ ਸਾਨੂੰ ਪੌਂਕਾ ਖਵਾਊਗਾ ਕੀ ਖਵਾਵੇਂਗਾ ਅੱਜ ਆਪਣੇ ਕੋਲ ਕੁਛ ਨਹੀਂ ਹੈਗਾ ਖਾਲੀ ਲਾ ਕੇ ਤੇ ਆ ਮੈਂ ਬੇਇੱਜ਼ਤੀ ਕਰਾਤੀ ਸਾਡੀ ਚੱਲ ਕੋਈ ਨਹੀਂ ਚੱਲ ਕੋਈ ਅੱਜ ਸੱਪ ਖਵਾਊਗਾ ਸੱਪ ਦੋ ਨੇ ਅੱਜ ਹਾਂ ਪਰ ਦੋ ਸੱਪ ਨੇ ਨਾ ਚੱਲ ਕੋਈ ਚੱਕਰ ਨਹੀਂ ਬਾਬੇ ਅੱਗੇ ਦੇਖ ਹਲੇ ਸੁੱਖ ਨਾਲ ਇਹਨਾਂ ਦਾ ਸਪੂਨ ਮਿੱਠੀ ਹੈ ਮੈਂ ਰਾਤ ਪਹਿਲਾਂ ਮੋਟਾ ਹੈ ਬਾਬੇ ਹੁਣ ਖਾਣਾ ਕੁਝ ਹੈਗਾ ਬਸ ਤਾਂ ਹੈ ਨਹੀਂ ਬਸ ਹੁਣ ਕੋਲਡ ਡਰਿੰਕ ਦੀ ਬੋਤਲ ਲੈ ਲੈਣੇ ਆ ਮੂੰਹ ਆਦਾ ਮੇਰਾ ਕੈਮਰਾ ਆਪਣਾ ਜਿਹੜਾ ਤੇ ਹੁਣ ਦੋ ਸੱਪ ਦਿਖਾਉਣਾ ਇੱਕ ਸੱਪ ਕੋਈ ਨਾ ਦੇਖਿਆ ਦੂਜਾ ਸੱਪ ਦਿਖਾਉਣਾ ਕੀ ਲੈਣਾ ਪਹਿਲਾਂ ਮਾਰਦਾ ਜੀ ਮੈਂ ਸਿੱਕਾ ਤੇ ਹੁਣ ਮਾਰਿਆ ਮੈਂ ਨੌਕਾ ਤੁਹਾਡੇ ਸਾਹਮਣੇ ਬੈਠਾ ਭੌਂਕਾ ਅੱਛਾ ਬਣ ਕੇ ਗੱਲ ਆਹ ਬੜਾ ਪਾਉਂਦਾ ਜੀ ਖੱਪ ਨਾਮ ਰੱਖਦਾ ਸੱਪ ਉਹ ਵੱਡਾ ਸੱਪ ਹੈ ਛੋਟਾ ਸੱਪ ਆ ਦੋ ਸੱਪ ਆ ਗਏ ਇੱਕ ਇਹਨਾਂ ਦਾ ਛੋਟਾ ਸਪੋਰੀਆ ਵੀ ਸੀ ਉਹ ਤੁਹਾਨੂੰ ਪਿਛਲੀ ਵੀਡੀਓ 'ਚ ਦੇਖ ਲਿਆ ਯੈਸ ਕਿ ਮੈਂ ਤੇ ਗੱਲ ਪੁੱਛਣੀ ਆ ਵੀ ਕਾਲਜ ਦਾ ਤੂੰ ਪੜਦਾ ਨਹੀਂ ਹੈਗਾ ਹਨਾ ਵੀ ਤੂੰ ਕਾਲਜ ਚ ਆਇਆ ਨਾ ਉਹ ਫੀਲਿੰਗ ਤਾਂ ਨਹੀਂ ਹੈਗੀ ਕਿਤੇ ਵੀ ਧੱਕੇ ਨਾਲ ਕਾਲਜ ਚ ਵੜ ਜਾਂਦੇ ਆ ਉਹੀ ਫੀਲਿੰਗ ਆ ਹੇ ਅੱਛਾ ਵੀ ਧੱਕੇ ਨਾਲ ਕੋਈ ਰੋਕ ਨਹੀਂ ਸਕਦਾ ਕੋਈ ਨਹੀਂ ਰੋਕ ਸਕਦਾ ਆਪਾਂ ਨੂੰ ਅੱਛਾ ਪ੍ਰਿੰਸੀਪਲ ਨੂੰ ਭੇਜ ਦੇ ਨਾ ਪ੍ਰਿੰਸੀਪਲ ਨੂੰ ਨਹੀਂ ਭੇਜਣਾ ਹਾਂ ਤੇ ਖਾ ਕੀ ਰਿਹਾ ਹੈ ਕੀ ਆ ਇਹ ਛੋਟੀ ਭਾਸ਼ਾ ਚ ਛੋਟੀ ਭਾਸ਼ਾ ਚ ਸਾਡੀ ਭਾਸ਼ਾ ਚ ਆਲੂ ਮਟਰ ਹੋਰ ਇਹਦੇ ਵਿੱਚ ਕੀ ਹੈਗਾ ਹੁਣ ਪਤਾ ਨਹੀਂ ਕੀ ਹੈਗਾ ਤੇ ਮੈਂ ਤੁਹਾਨੂੰ ਕਿਹਾ ਸੀ ਨਾ ਹੁਣ ਤੁਹਾਨੂੰ ਪਤਾ ਲੱਗ ਗਿਆ ਮੈਨੂੰ ਭੋਕਾ ਕਿਉਂ ਕਿਹਾ ਸੀ ਸਮਝਦਾਰ ਨੂੰ ਸਾਰਾ ਕਾਫੀ ਹੁੰਦਾ ਤੇ ਅੱਜ ਦਾ ਪਾਉਣਾ ਖੱਪ ਹੋ ਜਾਣਾ ਨਾਲ ਸੱਪ ਤੇ ਬਾਕੀ ਹੁਣ ਖੱਪ ਕਿਉਂ ਨਹੀਂ ਪਾ ਰਿਹਾ ਹੈ ਕੋਈ ਚੱਕਰ ਨਹੀਂ ਹੌਲੀ ਹੌਲੀ ਪਾਊਗਾ ਮੈਂ ਸਮਝਦਾ ਨੂੰ ਤੁਹਾਨੂੰ ਦਿਖਾਉਣਾ ਭੋਕਾ ਭੋਕ ਰਿਹਾ ਉਹਦੇ ਮੂੰਹ ਤੇ ਲਾਈਆਂ ਉਹਦੇ ਖੀੜ ਖੀੜ ਹੋਇਆ ਪਿਆ ਉਹਦੇ ਸਾਰਾ ਨੀਲਾ ਹੋਇਆ ਪਿਆ ਜੀ ਭੋਕੇ ਕਿਹਨੂੰ ਕੁੱਟਿਆ ਕਿਹਨੂੰ ਕੁੱਟਿਆ ਨਾ ਨਹੀਂ ਲੈਣਾ ਬੰਦੇ ਦਾ ਕੁੱਟਿਆ ਗਿਆ ਯਾਰ ਓ ਤੂੰ ਨਾ ਮੜਾ ਚਾਹ ਪੁੱਛੋ ਚਾਹ ਪੁੱਛੋ ਯਾਰ ਚਾਹ ਪੁੱਛੋ ਆਪਾਂ ਕਹਿੰਦੇ ਅੱਜ ਇੱਕ ਮੈਨੂੰ ਬੇਟਰ ਬਣਾ ਸਕਦਾ ਦੇਖੀ ਜੱਪ ਦੇ ਕਿਵੇਂ ਤੁੰਦਾ ਓ ਯਾਰ ਮੇਰੇ ਬੁੱਧੀ ਦਾ ਸੱਪ ਸੱਪ ਗਰਮ ਦਾ ਸਾਸਰੀਆ ਉਧਰ ਮੈਨੂੰ ਨਹੀਂ ਉਧਰ ਹੀ ਬੁਲਾਈ ਹੈ ਮੈਂ ਪਸੰਦਦਾ ਹੈ ਕਹਿੰਦਾ ਵੀਡੀਓ ਤੇ ਤਾਂ ਇਹ ਬੜਾ ਸੰਗ ਕੈਮਰੇ ਮੂਹਰੇ ਸੰਗ ਕਿਉਂ ਰਿਹਾ ਯਾਰ ਤੇਰੇ ਵਿਆਹ 'ਚ ਨਹੀਂ ਸੰਗਿਆ ਕਰਨ ਨਾਲ ਵਿਆਹ ਦੇ ਵਿੱਚ ਇਹ ਕਿਹਾ ਕਰੂਗਾ ਨਾ ਕਹਿੰਦਾ ਵੀਡੀਓ ਤਾਂ ਆਪਾਂ ਬਣਾਉਣੀ ਆ ਆਪਾਂ ਮੂਲ ਕੋ ਕੇ ਰੱਖਣੀ ਆ ਚੁੰਨੀ ਲੈਣੀ ਓਏ ਭਾਬੀ ਦੀ ਸਟਾਈਲ ਮਾਰ ਕੋਈ ਕਹਿੰਦਾ ਆਪਾਂ ਵਿਆਹ ਪਹਿਲਾਂ ਸੱਪ ਸੰਗ ਰਿਹਾ ਜੀ ਦੂਜਾ ਸੱਪ ਜਿਹੜਾ ਸਮਝ ਗਏ ਛੋਟਾ ਸੱਪ ਇੱਕ ਛੋਟਾ ਸੱਪ ਇੱਕ ਵੱਡਾ ਸੱਪ ਪਹਿਲਾਂ ਸੰਗਦਾ ਸੀ ਕੈਮਰੇ ਮੂਹਰੇ ਹੁਣ ਤੁਹਾਨੂੰ ਦਿਖਾਉਣਾ ਹੈਗਾ ਕਿੱਥੇ ਬੈਠਾ ਹੈਗਾ ਹੁਣ ਦਿਖਾਉਣਾ ਕਿੱਥੇ ਬੈਠਾ ਆਹ ਵੇਖ ਲੈ ਹੌਲੀ ਹੌਲੀ ਇਹ ਸੰਗ ਨੂੰ ਹਟ ਜੂਗਾ ਐਨੂੰ ਤਾਂ ਹੌਲੀ ਹੌਲੀ ਉਹ ਪੱਖੇ ਦੇ ਹੁਣ ਸੰਗ ਖੁੱਲ ਗਈ ਬਾ ਕੈਮਰੇ 'ਚ ਹੀ ਰਹਿਣਾ ਹੁਣ ਆਪਾਂ ਨੇ ਉਹ ਨਹੀਂ ਇਹ ਸੋਚ ਤੁਸੀਂ ਸਮਝ ਸਕਦੇ ਹੋਗੇ ਵੀ ਆਲੇ ਦਲੇ ਦੇ ਮਾਹੌਲ ਦੇ ਕੇ ਇਹ ਸੰਗ ਨੂੰ ਹਟ ਗਿਆ ਮੈਂ ਪੌਂਕਾ ਆਪਾਂ ਮੇਰੇ ਨਾਲ ਹੀ ਰੱਖਦਾ ਹੈ ਕਿਉਂਕਿ ਇਹਨੇ ਸਾਰਾ ਵਲੌਗ ਚਲਾਉਣਾ ਬਾਬੇ ਉਹ ਇਹੀ ਮੈਂ ਸਟਾਰ ਮੰਨਦਾ ਕੱਲ ਦੇ ਟਾਈਮ ਦਾ ਸਟਾਰ ਆ ਬੱਚੋ ਦੇ ਬੋਲਣ ਲੱਗ ਗਿਆ ਹਾਂ ਕੱਲ ਦੇ ਟਾਈਮ ਦੀ ਆ ਬਾਕੀ ਦਾ ਪਤਾ ਨਹੀਂ ਕੁਛ ਨਹੀਂ ਨਹੀਂ ਆਪਾਂ ਹਰ ਟਾਈਮ ਕਿਉਂਕਿ ਮੈਂ ਹਰੇਕ ਬੰਦੇ ਨੂੰ ਦੇਖ ਲੈਂਦਾ ਵੀ ਤੂੰ ਕਿੰਨੇ ਸਾਲ ਤੱਕ ਜਿਉਂ ਸਕਦਾ ਮੈਂ ਉਹ ਟਾਈਮ ਦਾ ਦੱਸਦਾ ਤੇਰੇ 7 ਸਾਲਾਂ ਪੱਲਾ ਤੇ ਬਾਬੇ ਤੇਰੇ ਆਦੇ ਕਿੰਨੇ ਨੇ ਹਾਂ ਹਾਂ ਮੈਨੂੰ ਮੈਂ ਨਹੀਂ ਮੇਰੇ ਦਰਸ਼ਕ ਗੁੱਸਾ ਮੰਨ ਜਾਣਗੇ ਦੇਖੋ ਭਾਈ ਆਪਣਾ ਇੱਕ ਬਲੌਗ ਆਊਗਾ ਹਨਾ ਭੌਂਕੇ ਨਾਲ ਆਊਗਾ ਅਸੀਂ ਨੇ ਜਾਣਾਗਾ ਲਿਫਟ ਲੈ ਲੈ ਕੇ ਜਾਣਾਗਾ ਲੇਹ ਤੱਕ
ਉੱਥੇ ਪੌਂਕਾ ਕਹਿੰਦਾ ਆਪਾਂ ਲਿਫਟ ਲੈ ਕੇ ਜਾਣਾ ਹੈਗਾ, ਪੌਂਕੇ ਮਾੜਾ ਜਿਹਾ ਰਿਵਿਊ ਦੇ। ਆਪਾਂ ਪੰਜਾਂ ਦਾ ਤੇਲ ਪਵਾ ਦੇਣਾ ਅਗਲੇ ਦੇ ਮੋਟਰਸਾਈਕਲ ਦੇ ਵਿੱਚ, ਪੰਜਾਂ 'ਚ ਆਪਾਂ ਹੋਟਲ ਲੈ ਲੈਣਾ, ਆਪਾਂ ਦਸ ਪੰਜ ਪੰਜ ਰੁਪਏ ਕਰਕੇ ਸਾਰੇ ਇਕੱਠੇ ਕਰ ਲੈਣੇ। ਅੱਛਾ, ਬਹੁਤ ਵਧੀਆ ਗੱਲ ਕਹੀ। ਫੈਮਿਲੀ ਵਲੌਗ ਹੈ, ਗਲਤ ਮਤਲਬ ਨਹੀਂ ਕੱਢਣਾ ਹੈਗਾ ਜੀ, ਸਿਆਣੇ ਪਿਆਣੇ ਜਵਾਬ ਹੈ। ਬਾਬੇ ਉਹ ਜ਼ਿਆਦਾ ਅਸੀਂ ਕਾਲਜ ਦੇ ਅੰਦਰ ਜਾ ਕੇ ਵੀਡੀਓ ਨਹੀਂ ਬਣਾ ਸਕਦੇ ਕਿਉਂਕਿ ਰੋਕ ਤਾਂ ਸਾਨੂੰ ਕੋਈ ਛੱਕਦਾ ਹੀ ਨਹੀਂ ਹੈਗਾ, ਪਰ ਗੱਲ ਐਂ ਆ ਕਿ ਵੀ ਉੱਥੇ ਆਵਾਜ਼ ਜ਼ਿਆਦਾ ਆਉਂਦੀ ਹੈ, ਤੁਸੀਂ ਡਿਸਟਰਬਿੰਗ ਹੋਵੋਗੇ, ਤੁਹਾਨੂੰ ਕੁਝ ਸੁਣਨਾ ਨਹੀਂ ਹੈਗਾ, ਬਾਕੀ ਅੱਗੇ ਦਾ ਰਿਵਿਊ ਬੌਂਕਾ ਦੇਵੇਗਾ। ਚਲ ਆਪਣੇ ਨਾਲ ਯਾਰ ਸੱਪਾਂ ਨੂੰ, ਆਪਾਂ ਨੂੰ ਕਾਹਦੀ ਟੈਨਸ਼ਨ ਆ, ਸੱਪ ਤਾਂ ਦੋ ਬੈਠੇ ਨੇ ਯਾਰ, ਛੋਟਾ ਦਾ ਵਿਚਾਰਾ ਸੰਗਦਾ ਨਹੀਂ, ਉਹ ਦੇਖ ਲੈ ਉੱਪਰ ਬਹਿ ਗਿਆ, ਉਹ ਨਹੀਂ ਸੰਗਦਾ, ਹੌਲੀ ਹੌਲੀ ਦੀ ਸੰਗ ਇੰਨੀ ਕੁ ਘੱਟ ਜੂਗੀ ਮਾਹੌਲ ਦੇ ਹਿਸਾਬ ਨਾਲ, ਉੱਥੇ ਬੈਠਣਾ ਨਹੀਂ ਆ ਪੱਖੇ ਦੇ। ਅੱਛਾ, ਤੇ ਚਾਹ ਕਿਵੇਂ ਲੱਗੀ? ਚਾਹ ਬਹੁਤ ਵਧੀਆ ਗਈ। ਵੈਸੇ ਪੌਂਕੇ ਨੂੰ ਕਹਿੰਦੇ ਨੇ ਸੇਰਾ, ਤੇ ਹੁਣ ਅਸੀਂ ਨੇ ਮਾਰਨਾ ਬਾਹਰੇ ਗੇੜਾ, ਤੇ ਤੁਹਾਨੂੰ ਦਿਖਾਉਣੇ ਆ ਕਿ ਦਾ ਰਿਵਿਊ। ਓਕੇ, ਆਪਣੇ ਵੋਲਟਿੰਗ ਵੀ ਬਹੁਤ ਮੰਗਲਾ ਹੋਇਆ ਹੋਇਆ ਲੈਂਦਾ ਹੈ, ਐਵੇਂ ਤਿਆਰ ਹੋਇਆ ਹੋਇਆ ਨਹੀਂ, ਅਸੀਂ ਤਿਆਰ ਤੇ ਬਹੁਤ ਮਿਹਨਤ ਲੱਗੀ ਆ ਇਹਨਾਂ ਦੀ, ਐਸਾ ਦਾ ਵੈਸਾ ਹੋ ਗਿਆ। ਬੁਲਟ ਬਾਰੇ ਰਿਵਿਊ, ਬੁਲਟ ਬਾਰੇ ਰਿਵਿਊ ਇੱਕ ਨੰਬਰ, ਥੋੜੀ ਮਿਹਨਤ ਲੱਗੀ ਆ ਕਰਨ, ਥੋੜੀ ਦਾ ਕੀ ਮਿਹਨਤ ਲੱਗੀ, ਅਗਲੇ ਦੀ ਮਿਹਨਤ ਲੱਗੀ, ਦੇ ਵਿੱਚ ਬਹਿ ਕੇ ਫੋਨ ਤੇ ਹੁੰਦੀਆਂ ਨੇ ਗੱਲਾਂ, ਬਲੌਗ ਦੇ ਵਿੱਚ ਦੇਖ ਨਹੀਂ, ਬਲੌਗ ਦੇਖ ਕੇ ਇਹਨੇ ਫੋਨ ਲਕੋਲਿਆ ਮੁੰਡੇ ਨਾਲ ਗੱਲ ਹੁੰਦੀ, ਨਹੀਂ 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 ਇਹਦੇ ਬੜ ਬੜਾਉਣ ਦੇ ਵਿੱਚ ਪਤਾ ਲੱਗ ਰਿਹਾ ਵੀ। ਤੇ ਕਾਲਜ ਦੇ ਵਿੱਚ ਨੇ ਸਪੈਸ਼ਲ ਅਮਰੂਦ ਸਾਡੇ ਲਈ ਰੱਖੇ ਹੋਏ ਨੇ, ਮੱਦੀ ਬਦਮਾਸ਼, ਮੱਦੀ ਬਦਮਾਸ਼ ਵੀ ਪੁਆਇੰਟ ਦੀ ਖਾਓ ਅਮਰੂਦ। ਸਾਡੇ ਬੰਦੇ ਚਾਹ ਪੀ ਕੇ ਖਰਦੇ ਨੇ ਖਰੂਦ, ਤੇ ਹੁਣ ਖਾਂਦੇ ਨੇ ਅਮਰੂਦ, ਕਿਉਂ ਬਣਾ ਦੀ ਗੱਲ ਬਣੀ ਜਾਂਦੀ ਆ, ਜੇ ਭੌਂਕਾ ਨਾਲ ਹੋਵੇ ਫਿਰ ਤਾਂ ਬਣੂ ਹੀ ਸੱਗੂ ਬਦਮਾਸ਼। ਪੌਂਕਾ ਡਾਇਲੋਗ ਮਾਰੂਗਾ ਸਟਾਰਟ, ਬੰਦੇ ਨੂੰ ਮਿਲ ਕੇ ਹੈਲੋ ਲਵਾ ਦੇਣਾ, ਤੇ ਅੱਜ ਪੌਂਕੇ ਰਿਵਿਊ ਤੇਰੇ ਦੀ ਆ, ਤੂੰ ਗੱਲ ਨੀ ਕੋਈ ਚੱਜ ਦੀ ਕਰ ਰਿਹਾ ਅੱਜ, ਅੱਜ ਗੱਲ ਹੀ ਨੀ ਉੱਡ ਰਹੀ ਪੌਂਕੇ, ਤੇਰੀ ਕਾਲਜ ਗੱਲ ਉੱਡ ਰਹੀ ਆ ਵੀ ਤੇਰਾ ਵਿਆਹ ਹੋ ਗਿਆ। ਨਹੀਂ ਯਾਰ, ਵਿਆਹ ਰੱਬ ਸੁੱਖ ਰੱਖਿਆ, ਆਪਾਂ ਵਿਆਹ ਵੀ ਸਾਰਿਆਂ ਨੂੰ ਦਿਖਾਈ ਦੇਣਾ ਟਾਈਮ ਨਾਲ, ਆਪਾਂ ਸਾਲਕ ਤੱਕ ਵਿਆਹ ਦਿਖਾ ਦੇਣਾ। ਹੁਣ ਲੱਗ ਰਿਹਾ ਜੀ ਪੂਰਾ, ਹੁਣ ਜਾਰ ਬੈਲੀ ਆ ਗਿਆ ਜੀ, ਲੱਗ ਰਿਹਾ ਆਪਣਾ ਜੀ ਫੁੱਲ ਲੱਗ ਰਿਹਾ। ਅੱਛਾ, ਉਹ ਲੱਖਾ ਬੈਠਾ ਲੱਖੇ ਨੂੰ ਮਿਲਾ, ਲੱਖੇ 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 ਦੀ ਪੱਗ ਹੋ ਗਈ ਢਿੱਲੀ, ਹੁਣ ਕੀ ਲੱਖੇ ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ ਕੇ ਆਪ ਸੁਣਾਈ, ਤੂੰ ਉਧਰ ਮੂੰਹ ਕਰ ਲਿਆ, ਆਪਾਂ ਇਧਰ ਕਰ ਲੈਨੇ ਆ। ਚਲੋ ਉਹ ਬਾਹਰੇ ਪਾ ਕੇ ਆਪਣੇ ਬੰਦੇ ਚੱਲਦੇ ਆ, ਸਟਾਰਟ ਹੈ ਓਕੇ। ਇਹ ਵੀ ਯਾਦਾਂ ਹੀ ਹੁੰਦੀਆਂ ਨੇ ਅੱਜ ਕਾਲਜ ਦੀਆਂ, ਯਾਦਾਂ ਹੀ ਹੁੰਦੀਆਂ ਨੇ, ਕਿੰਨਾ ਕੁ ਟਾਈਮ ਯਾਦਾਂ ਨੇ, ਹੈਨਾ 2 ਸਾਲ ਹੋਰ ਜਾਂ ਸਾਲ ਯਾਦਾਂ ਨੇ, ਦੂਆ ਬਾਰੇ ਬੁਰੇ ਚੜ ਜਾਣਾ ਸਾਰਿਆਂ ਨੇ। ਆਹ ਵੀਡੀਓ ਆਪਾਂ ਦੁਬਾਰੇ ਦੁਬਾਰੇ ਦੇਖਾਂਗੇ ਵੀ ਹੈਨਾ, ਯਾਦਾਂ ਨੇ, ਇੰਨੇ ਦੋਸਤ ਰਹਿੰਦੇ ਸੀ, ਐਂ ਰਹਿੰਦੇ ਸੀ, ਯਾਰ ਮਿੱਤਰ ਰਹਿੰਦੇ, ਅਗਲੇ ਸਾਲ ਨੂੰ ਬਾਹਰ ਹੋਣਾ ਹੈ, ਉਹੀ ਗੱਲ ਹੈਗੀ ਵੀ ਸਾਰੇ ਨਾਲ ਦੇ ਹੈਨਾ ਬਾਹਰੇ ਵਗ ਜਾਣਗੇ, ਇੱਥੇ ਆਪਾਂ ਮਹੀਨਾ ਸਾਲ ਹੀ ਹੈਗੇ, ਮਹੀਨਾ ਸਾਲ ਹੀ ਲੱਖਾ ਲੱਖਾ ਕਹਿੰਦਾ ਵਿਆਹ ਕਰਾ ਕੇ ਜਾਣਾ ਮੈਂ, ਇਹਦੇ ਵਾਸਤੇ ਵਿਆਹ ਦੀ ਕੁੜੀ ਲੱਭ ਕੇ ਦਿਓ, ਕੁੜੀ ਦੀ ਭਾਲ ਆ, ਕੁੜੀ ਦੀ ਲੱਖੇ ਵਾਸਤੇ ਭਾਲ ਹੈ, ਲੱਖਾ ਕਹਿੰਦਾ ਕੋਈ ਚੱਕਰ ਨਹੀਂ ਮੈਂ ਬਾਹਰੇ ਭੇਜੂੰਗਾ। ਉਹ ਬਲੌਗ ਦੁਬਾਰੇ ਸਟਾਰਟ ਕੀਤਾ, ਕਿੰਨੇ ਵੱਜ ਗਏ ਟਾਈਮ ਯਾਰ, ਇੱਕ ਮਾੜਾ ਮੋਬਾਈਲ ਕੱਢ ਕੇ ਦੇਖੀ ਟਾਈਮ ਕਿੰਨਾ ਹੋ ਗਿਆ, 7:08 ਮਿੰਟ ਹੋ ਗਏ, ਉਹ ਤਾਂ ਤੁਹਾਡੇ ਕਿੰਨੇ ਹੋ ਗਏ, ਕਿੰਨੇ ਵੱਜ ਗਏ, 1:50 ਹੋ ਗਏ, ਤੇ ਆ ਮੰਗਦਾ ਆ ਗਿਆ, ਬੈਲਟ ਹੀ ਮੰਗਦਾ ਰਹਿੰਦਾ, ਲੈ ਤੈਨੂੰ ਲੈ ਲਿਆ ਬਲੌਗ ਚੋਂ, ਤੂੰ ਹੋ ਜਾਏਗਾ ਸਟਾਰ, ਮੈਂ ਖੜ ਜਾ ਇੱਕ ਮਿੰਟ ਫੜਦਾ ਫੜੀ। ਮੇਰਾ ਪਹਿਲੀ ਦੁਖਦਾ ਗਾ, ਮੈਨੂੰ ਤੁਹਾਨੂੰ ਪਤਾ ਮੈਨੂੰ ਧੋਖਾ ਮਿਲ ਰਿਹਾ ਅੱਜ ਕੱਲ, ਖਤਮ ਹੁੰਦਾ ਮੈਂ ਚੱਲਿਆ, ਅੱਜ ਦਾ ਬਲੌਗ ਖਤਮ, ਨਹੀਂ ਖਤਮ, ਸਬਸਕ੍ਰਾਈਬ ਕਰ ਲਿਓ, ਲਾਈਕ ਕਮੈਂਟ ਜ਼ਰੂਰ ਕਰਿਓ।
ਬਾਕੀ ਘੰਟੀ ਦਾ ਆਈਕਨ ਜ਼ਰੂਰ ਦਬਾਓ ਓਕੇ ਹਜੇ ਇਹਦਾ ਲਈ ਖਤਮ ਹੋਇਆ ਅੱਜ ਤਾਂ ਜੀ ਘਰੇ ਜਾਵਾਂਗੇ ਫਿਰ ਦਿਖਾਵਾਂਗੇ ਬਾਬੇ ਉਹ ਥੱਕੇ ਹਾਰੇ ਬੈਠਿਆ ਮੈਂ ਲੈਕਚਰ ਲਾਇਆ ਆ ਤੇ ਆ ਬਾਈ ਜੀ ਮਰੂ ਤੋੜ ਕੇ ਲਿਆਏ ਨੇ ਤੇ ਸੱਪ ਬੈਠਾ ਇਹਨਾਂ ਨੇ ਕੋਈ ਲੈਕਚਰ ਨਹੀਂ ਲਾਇਆ ਇੱਕ ਮਿੰਟ ਨੂਣ ਬਸ ਨੂਣ ਉੱਥੇ ਪਿਆ ਉੱਥੋਂ ਚੱਕ ਲਾਂਗੇ ਆਪਾਂ ਹਾਂ ਬਾ ਵਿਹਲੇ ਬੈਠੇ ਬਾਬੇ ਉਹ ਜ਼ਿੰਦਗੀ ਇੱਕ ਨਜ਼ਾਰਾ ਏ ਇਹਨੇ ਆਉਣਾ ਨਹੀਂ ਦੁਬਾਰਾ ਏ ਜਿਹੜੇ ਹੁਣ ਸਾਰੇ ਬੈਠੇ ਨੇ ਇੱਥੇ ਮੈਂ ਇੱਕ ਮਿੰਟ ਇਹਨਾਂ ਨਾਲ ਇਹਨਾਂ ਕਿ ਨਹੀਂ ਕੈਮਰਾ ਕਰਦਾ ਮੈਂ ਗੱਲ ਸਮਝਾਉਣਾ ਜਿਹੜੇ ਇੱਥੇ ਸਾਰੇ ਬੈਠੇ ਨੇ ਅੱਜ ਬੈਠੇ ਨੇ ਹਫ਼ਤੇ ਤੱਕ ਮਹੀਨੇ ਤੱਕ ਸਾਲ ਤੱਕ ਨਾ ਸਭ ਨੇ ਬਾਹਰੇ ਚੱਲ ਜਾਣਾ ਇਹ ਕਾਲਜ ਦੇ ਵਿੱਚ ਬਸ 2-3 ਸਾਲ ਹੁੰਦੇ ਨੇ ਇਹ ਤੋਂ ਬਾਅਦ ਸਾਰੇ ਬਾਹਰੇ ਚੱਲ ਜਾਂਦੇ ਨੇ ਆਪਣੇ ਕੰਮ ਕਰਦੇ ਨੇ ਅਤੇ ਆਹ ਜਿਹੜਾ ਜ਼ਿੰਦਗੀ ਹੁੰਦੀ ਆ ਹੈ ਨਾ ਇਹ ਮੁੜ ਕੇ ਨਹੀਂ ਆਉਂਦੀ ਹੈਗੀ ਸੋ ਜਿੰਨਾ ਕੁ ਟਾਈਮ ਮਿਲਦਾ ਨਜ਼ਾਰਿਆਂ ਦਾ ਹੈ ਨਾ ਵੀ ਮਤਲਬ ਆਪਣੇ ਦੋਸਤ ਨਾਲ ਰਹਿਣ ਦਾ ਉਨਾ ਕੁ ਟਾਈਮ ਰਹੋ ਅਤੇ ਇਹ ਤੋਂ ਬਾਅਦ ਤਾਂ ਫਿਰ ਜ਼ਿੰਦਗੀ 'ਚ ਧੱਕੀ ਨੇ ਬਸ ਕੰਮ ਹੀ ਕਰਨਾ ਹੋਰ ਕੁਛ ਨਹੀਂ ਹੈਗਾ ਬਸ ਜਦ ਇੱਕ ਦੂਜੇ ਨੂੰ ਵੀ ਮਿਲਣਾ ਨਹੀਂ ਕਿਸੇ ਨੂੰ ਕੀ ਵਾਰਾ 5 ਸਾਲਾਂ ਬਾਅਦ ਮਿਲਣਾ ਕਿੰਨੇ ਸਾਲਾਂ ਬਾਅਦ ਮਿਲਣਾ ਨਹੀਂ ਕੀ ਪਤਾ ਦੂਜਾ ਹੋਰ ਦੇਸ਼ 'ਚ ਗਿਆ ਹੋਵੇ ਅਤੇ ਦੂਜਾ ਹੋਰ ਦੇਸ਼ 'ਚ ਜਦੋਂ ਉਹ ਆਊਗਾ ਉਹ ਵਗ ਜੂਗਾ ਬਾਬੇ ਬਸ 2-4 ਸਾਲ ਹੁੰਦੇ ਨੇ ਇਹ ਤੋਂ ਬਾਅਦ ਕੋਈ ਕਿਸੇ ਨੂੰ ਮਿਲਦਾ ਨਹੀਂ ਹੈਗਾ ਸੋ ਜਿੰਨਾ ਟਾਈਮ ਮਿਲਦਾ ਹੈਗਾ ਆਪਦਾ ਇਕੱਠੇ ਰਹੋ ਲੜੋ ਨਾ ਕਿਸੇ ਨਾਲ ਬਾਬੇ ਉਹ ਕਾਲਜ ਨੂੰ ਹੋ ਗਈ ਛੁੱਟੀ ਅੱਜ ਮੈਂ ਬਲੌਗ ਕਰਕੇ ਲੇਟ ਹੋ ਗਿਆ ਨਹੀਂ ਮੈਂ ਪਹਿਲੀ ਘਰੇ ਵਗ ਜਾਂਦਾ ਕਿਉਂਕਿ ਮੈਂ 2 ਲੈਕਚਰ ਹੀ ਲੱਗ ਜਾਣੇ ਮੇਰੇ ਡਿਜੀਟਲ ਮਾਰਕੀਟਿੰਗ ਦੇ ਉੱਤੇ ਦਿਖਾਉਣਾ ਸੱਪ ਖੜਾ ਹੈਗਾ ਤਾਂ ਪਾਰੇ ਦਾ ਕਰਦੇ ਹੁਣ ਤਾਂ ਸੰਗਣਾ ਹਾਏ ਦੁਬਾਰੇ ਹਾਏ ਹਾਏ ਤੂੰ ਹਾਏ ਹੈਲੋ ਗਾਇਸ ਆਈ ਐਮ ਸਨੀ ਲਿਓਨੀ ਬੈਕ ਟੂ ਮਾਈ ਚੈਨਲ ਹੈਲੋ ਹੈਲੋ ਗਾਇਸ ਸਬਸਕ੍ਰਾਈਬ ਕਰ ਦੇਗਾ ਕੀ ਸਬਸਕ੍ਰਾਈਬ ਤੇ ਲਾਈਕ ਕਰ ਦਿਓ ਸਾਡੇ ਭਰਾ ਨੂੰ ਠੀਕ ਆ ਹਾਂ ਤੇ ਬਾਬੇ ਹੁਣ ਜਾਂਦੇ ਆਪਾਂ ਘਰੇ ਤੇ ਇੱਥੇ ਕਿਤੇ ਕਿਸੇ ਮੇਰਾ ਬਲੌਗ ਆਈ ਲਵ ਯੂ ਸੋ ਮਚ ਟੇਕ ਕੇਅਰ ਸੀ ਯੂ ਟੁਮਾਰੋ ਬਾਬੇ ਉਹ ਹੁਣ ਜਾਂਦੇ ਆ ਜੀ ਘਰੇ ਬਾਹਰੇ ਖੜੇ ਜੀ 2-3 ਬੰਦੇ ਆ ਰਹੇ ਨੇ ਤੇ ਸਾਰੇ ਜਾ ਰਹੇ ਨੇ ਦੇਖੀ ਸਮੇ ਤੇ ਆਪਣਾ ਬਲੌਗ ਪੂਰੀ ਖਤਮ ਹੋਊਗਾ ਪਹਿਲਾਂ ਕਹਿੰਦਾ ਹੀ ਖਤਮ ਹੋਊਗਾ ਹੁਣ ਖਤਮ ਹੋਊਗਾ ਓਕੇ ਓਕੇ ਬਾਏ ਟੇਕ ਕੇਅਰ ਸੀ ਯੂ ਟੁਮਾਰੋ ਬਾਏ